ਇਹ ਹੈਗਾ ਜਿਹੜਾ ਅਸਲੀ ਸੁਲੇਮਾਨੀ ਆ। ਹਾਂਜੀ ਆ ਮੇਰੇ ਵੀਰ ਕੈਮਰਾਮੈਨ ਨੂੰ ਬੇਨਤੀ ਹੈ ਵੀ ਸਮਾਰ ਕੇ ਨੂੰ ਕੋਲੇ ਕਲੋਜ਼ ਕਰਕੇ ਦਿਖਾ ਦੇ। ਇਹ ਉੱਪਰ ਜਿਹੜਾ ਇਹਦੇ ਉੱਪਰ ਲਿਖਤ ਲਿਖੀ ਹੋਈ ਹੈ ਇਹ ਜੀ, ਇਹ ਜੀ ਕੀ ਹੈ? ਆਪਾਂ ਸਤਿਕਾਰ ਕਰਦੇ ਹਾਂ ਜੀ, ਚਾਹੇ ਆਪਾਂ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਹਾਂ। ਇਹ ਇਸਲਾਮ ਦਾ ਕਲਮਾ ਜੀ, ਠੀਕ ਹੈ ਜੀ, ਇਸੇ ਕਰਕੇ ਇਹਨੂੰ ਇੰਨੇ ਇੱਜ਼ਤ ਮਾਣ ਨਾਲ ਰੱਖਿਆ ਵਾ ਠੀਕ ਹੈ ਜੀ। ਵੀ ਨਹੀਂ ਆਪਾਂ ਹਰ ਇੱਕ ਧਰਮ ਦਾ ਸਤਿਕਾਰ ਕਰੀਦਾ ਜੀ। ਇਹਦੀ ਤੁਹਾਨੂੰ ਮੈਂ ਦਿਖਾਉਂਦਾ ਜੀ, ਇਹਦੇ ਨਾਲ ਬਾਲ ਨਹੀਂ ਕੱਟਿਆ ਜਾਂਦਾ, ਇੱਥੋਂ ਤੱਕ ਫਾਇਰ ਨਹੀਂ ਲੱਗਦਾ, ਅੱਗ ਨਹੀਂ ਲੱਗਦੀ। ਠੀਕ ਹੈ ਜੀ, ਹੁਣ ਤੁਹਾਨੂੰ ਮੈਂ ਇੱਕ ਛੋਟਾ ਜਿਹਾ ਤਜਰਬਾ ਦਿਖਾਉਂਦਾ, ਟਾਈਮ ਆਪਣੇ ਕੋਲ ਕਾਫੀ ਥੋੜ੍ਹਾ। ਆ ਆਪਣੇ ਕੋਲ ਕਾਟਨ ਦਾ ਰੁਮਾਲ ਆ, ਹਾਂਜੀ ਇਹ ਮੱਚਦਾ ਜੀ, ਹਾਂਜੀ ਹਾਂਜੀ ਤੁਹਾਡੇ ਸਾਹਮਣੇ ਆ। ਠੀਕ ਹੈ ਜੀ, ਤੁਹਾਡੇ ਕਹਿਣ ਦਾ ਭਾਵ ਵੀ ਇਹਦੇ ਨਾਲ ਅੱਗ ਨਹੀਂ ਲੱਗਦੀ। ਲਓ ਜੀ, ਇੰਨਾ ਟਾਈਮ ਤਾਂ ਅੱਗ। ਹਾਂਜੀ ਹਾਂ ਦੂਜਾ ਤਜਰਬਾ ਵੀਰ ਜੀ ਇਹ ਆ ਵੀ ਆਹ ਆਪਣੇ ਕੋਲ ਕਾਚੂ ਆ, ਹਾਂਜੀ ਇਹਨੂੰ ਤੁਸੀਂ ਚੈੱਕ ਕਰ ਲਓ ਕਿੰਨਾ ਕੁ ਤਿੱਖਾ। ਹਾਂਜੀ ਇਹ ਲੈ, ਇਹ ਆ ਪਹਿਲਾਂ ਵੀ ਮੈਂ ਤੁਹਾਨੂੰ ਬਿਨਾਂ ਕੈਮਰੇ ਤੋਂ ਜਦੋਂ ਆਪਾਂ ਹਾਂਜੀ ਹਾਂ ਕੈਮਰਾ ਆਫ ਕੈਮਰਾ ਗੱਲ ਕਰਦੇ ਸੀ ਉਦੋਂ ਦੀ ਗੱਲ ਆ। ਅੱਛਾ, ਇਹਦੇ ਨਾਲ ਕੋਈ ਕੱਟ ਵੀ ਨਹੀਂ ਲੱਗਦਾ ਸਰੀਰ 'ਤੇ? ਮੈਂ ਕਿਹਾ ਜੀ ਬਲੱਡ ਨਹੀਂ ਨਿਕਲਦਾ, ਲਓ ਠੀਕ ਹੈ ਜੀ, ਇੰਨਾ ਕਾਚੂ ਤੁਸੀਂ ਹੋਰ ਕਿਤੇ ਮਾਰ ਨਿਸ਼ਾਨ ਕੇ ਪੈ ਜਾਂਦੇ, ਮਤਲਬ ਕਹਿਣ ਦਾ ਭਾਵ ਵੀ ਕੱਟ ਨਹੀਂ ਲੱਗਦਾ ਹੈਗਾ। ਲੂੰ ਕੰਡਾ ਖੜਾ ਹੋ ਜੂ ਸਰੀਰ ਦਾ, ਪਰ ਨਹੀਂ, ਇਹ ਇੱਕ ਸ਼ਕਤੀਸ਼ਾਲੀ ਚੀਜ਼ ਆ। ਠੀਕ ਹੈ ਵੀ ਮੰਨਿਆ ਸਿੱਖ ਧਰਮ ਦੇ ਵਿੱਚ ਕਰਾਮਾਤ ਨੂੰ ਮੰਨਿਆ ਨਹੀਂ ਜਾਂਦਾ, ਹਾਂਜੀ ਪਰ ਹਾਂਜੀ ਇਸਲਾਮ ਦੇ ਵਿੱਚ ਇਹਨੂੰ ਬਹੁਤ ਜ਼ਿਆਦਾ ਵੱਡੀ ਮਾਨਤਾ ਦਿੱਤੀ ਜਾਂਦੀ ਹੈ। ਇਹ ਹੈ ਵੀ ਇਸਲਾਮੀ ਹੈ, ਕਿਸੇ ਮੁਸਲਮਾਨ ਫਕੀਰ ਤੋਂ ਆਇਆ ਵਾ, ਠੀਕ ਹੈ ਜੀ, ਕਿਸੇ ਆਪਣਾ ਮਿੱਤਰ ਹੈ ਕੋਈ ਅਸਲ ਦੇ ਵਿੱਚ, ਠੀਕ ਹੈ ਇਹ ਜੀ। ਉਹਦੀ ਅਮਾਨਤ ਹੈ। ਵੈਸੇ ਜਿਹੜੀ ਇਹ ਪੱਥਰ ਆ ਜੀ, ਇਹ ਕਿੱਥੇ ਮਿਲਦਾ ਜੀ ਆਪਾਂ ਨੂੰ? ਇਹ ਮਿਲਦਾ ਵੀਰੇ ਜਾਂ ਤਾਂ ਪਾਕਿਸਤਾਨ ਦੀ ਸਿੰਧ ਨਦੀ 'ਚ ਪਾਇਆ ਜਾਂਦਾ ਠੀਕ ਹੈ ਅਸਲੀ, ਜੀ, ਜਾਂ ਸੁਲੇਮਾਨ ਪਰਬਤ ਤੇ, ਅੱਛਾ ਜੀ, ਦੋ ਹੀ ਜਗ੍ਹਾ ਅਸਲੀ ਪਾਇਆ ਜਾਂਦਾ। ਮਿਲ ਤਾਂ ਆਪਣੇ ਸਾਰੇ ਇੱਥੋਂ ਆਪਣੇ, ਤੈਨੂੰ ਆਪਣਾ ਸੁਨਿਆਰੇ ਤੋਂ ਮਿਲ ਜਾਣਾ 150 ਰੁਪਏ ਦਾ ਵੀ, ਪਰ ਜੇ ਅਸਲੀ ਦੀ ਕੀਮਤ ਜਾਣੇ ਤਾਂ ਇਹਦੀ ਕੀਮਤ ਹੀ ਕੋਈ ਨਹੀਂ, ਜੇ ਸਹੀ ਦੇਖੀਏ। ਪਰ ਜੇ ਊਂ ਲੈਣਾ ਤਾਂ ਤੈਨੂੰ ਇੱਥੋਂ ਮੈਂ ਦਵਾ ਲਿਆਉਣਾ, 100-200 ਦਾ ਵੀ ਮਿਲ ਜੂਗਾ। ਪਰ ਜੇ ਆਪਾਂ ਇਹਦੀ ਗੱਲ ਕਰੀਏ ਤਾਂ ਇਹ ਨਹੀਂ ਮਿਲਣਾ। ਇੱਕ ਹੋਰ ਖਾਸ ਗੱਲ ਹੈ ਤੁਹਾਨੂੰ ਮੈਂ ਹੋਰ ਦੱਸ ਦਿੰਦਾ, ਇਹ ਪੱਥਰ ਕੋਈ ਵੀ ਹੁੰਦਾ ਨਾ, ਉਹ ਪਾਰਦਰਸ਼ੀ ਨਹੀਂ ਹੁੰਦਾ। ਹਾਂਜੀ ਸਹੀ ਗੱਲ ਹੈ ਜੀ, ਇਹ ਹੁਣ ਆਪਣੇ ਕੋਲ ਚਾਨਣ ਆ, ਆ ਦੇਖੋ, ਕਹਿਣ ਦਾ ਭਾਵ ਇਹ ਪੱਥਰ ਪਾਰਦਰਸ਼ੀ ਵੀ ਆ। ਪਾਰਦਰਸ਼ੀ ਵੀ ਆ ਅਤੇ ਇੱਕ ਇਹਦੀ ਹੋਰ ਖੂਬੀ ਆ, ਹੁਣ ਆਪਾਂ ਕੇਸ ਕੱਟਦੇ ਨਹੀਂ ਹੈਗੇ, ਕਿਸੇ ਦਿਨ ਤੁਹਾਨੂੰ ਫੇਰ ਕੱਟ ਕੇ ਦਿਖਾ ਦਾਂਗੇ। ਇੱਥੇ ਕੇਸ ਲਪੇਟ ਲਓ, ਅੱਗ ਠੀਕ ਹੈ ਲਾ ਜੀ, ਲਓ, ਕੇਸ ਨੂੰ ਵੀ ਨਹੀਂ ਅੱਗ ਲੱਗਦੀ ਅਤੇ ਕੇਸ ਕੱਟਿਆ ਵੀ ਨਹੀਂ ਜਾਂਦਾ। ਇਹ ਤਾਂ ਬਹੁਤ ਜੇ ਹੀ, ਆਪਾਂ ਕੀਮਤ ਦੀ, ਆਪਾਂ ਜੇ ਕੀਮਤ ਦੀ ਗੱਲ ਕਰੀਏ, ਤੁਹਾਡੇ ਹਿਸਾਬ ਨਾਲ ਕੀ ਕੀਮਤ ਹੋ ਸਕਦੀ ਹੈ ਜੀ? ਦੇਖੋ ਜੀ ਗੱਲ ਇਹ ਆ ਵੀ ਕਹਿਣ ਦੀਆਂ ਗੱਲਾਂ ਨੇ, ਕੋਈ ਕਿੰਨੇ ਕਹਿ ਦਿੰਦਾ ਕੋਈ ਕਿੰਨੇ, ਹਾਂਜੀ ਜਿੰਨਾ ਚਿਰ ਕੋਈ ਕੀਮਤ ਅੰਗੀ ਤੇ ਆਵੇ ਨਾ, ਉਹਨਾਂ ਚਿਰ ਉਹਨੂੰ ਆਪਾਂ ਅਸਲੀ ਕੀਮਤ ਨਹੀਂ ਮੰਨਦੇ। ਹੁਣ ਕਹਿਣ ਨੂੰ ਤਾਂ ਪਿੱਛੇ ਜੇ ਕੋਈ ਬੰਦਾ ਕਹਿੰਦਾ ਸੀ ਹੈਦਰਾਬਾਦ ਆ ਜਾ, ਸੌ ਅੱਛਾ ਜੀ, ਕਰੋੜ ਦੇ ਦੂੰ, ਹਾਂਜੀ, ਆਪਾਂ ਘਰੇ ਚੰਗੇ ਹਾਂ, 100 ਕਰੋੜ ਤੋਂ ਕੀ ਕਰਾਉਣਾ, ਉਹ ਉੱਥੇ ਅਗਲਾ ਸੱਦ ਕੇ ਮੁੜ ਕੇ ਆਪਾਂ ਨੂੰ, ਬਹੁਤ ਕੁਝ ਹੋ ਜਾਂਦਾ ਜੀ, ਹਾਂਜੀ ਸਾਰਾ ਕੁਝ ਹੀ ਬਹੁਤ ਗੱਲਾਂ ਜਾਂਦਾ। ਨੇ ਚੱਲਦੀਆਂ ਦੁਨੀਆਦਾਰੀ 'ਤੇ। ਉਹ ਗੱਲਾਂ ਤੋਂ ਆਪਾਂ ਨੂੰ ਲੋੜ ਨਹੀਂ ਹੈ।
ਹਾਂਜੀ ਹਾਂਜੀ, ਆਪਾਂ ਰੱਬ ਰੱਬ ਕਰੀਦਾ, ਰਾਮ ਰਾਮ, ਬਸ ਠੀਕ ਹੈ ਜੀ। ਤੁਹਾਨੂੰ ਇਹ ਕਿਹਦੇ ਕੋਲੋਂ ਮਿਲਿਆ ਸੀਗਾ ਜੀ? ਇਹ ਮੇਰਾ ਮਿੱਤਰ ਆ ਜੀ, ਇੱਕ ਮੁਸਲਮਾਨ, ਠੀਕ ਉਹਦੇ ਹੈ ਜੀ, ਪੜਦਾਦਾ ਜੀ ਨੇ ਨਿਸ਼ਾਨੀ ਦਿੱਤੀ ਸੀ। ਠੀਕ ਹੈ, ਤੁਹਾਨੂੰ ਦਿੱਤੀ ਸੀ ਹਾਂ, ਲਿਹਾਜ਼ ਤੌਰ 'ਤੇ। ਬਸ ਉਹਦੇ ਨਾਲ ਮਿੱਤਰਤਾ ਹੈਗੀ। ਇਹ